ਕੈਨੇਡਾ ਸਟੱਡੀ ਵੀਜ਼ਾ ਦੀ ਜਦੋਂ ਗੱਲ ਹੁੰਦੀ ਹੈ ਸਟੂਡੈਂਟ ਦੇ ਮਨ ਵਿੱਚ ਸਵਾਲ ਇੱਕ ਵੱਡਾ ਬਣਿਆ ਰਹਿੰਦਾ ਹੈ ਪ੍ਰੋਵਿੰਸ ਨੂੰ ਲੈ ਕੇ ਅਸੀਂ ਕਿਹੜੀ ਜਗ੍ਹਾ ਜਾਈਏ ਜਿੱਥੇ ਅਸੀਂ ਆਪਣੀ ਸਟੱਡੀ ਦਾ ਵਧੀਆ ਢੰਗ ਨਾਲ ਕੰਟੀਨਿਊ ਕਰੀਏ ਕਰੀਏ ਸਾਨੂੰ ਨਾਲ ਦੇ ਨਾਲ ਕੰਮ ਕਰਨ ਨੂੰ ਲੈ ਕੇ ਕੋਈ ਦਿੱਕਤ ਨਾ ਆਵੇ ਔਰ ਰਹਿਣ ਦੀ ਵੀ ਕੋਈ ਦਿੱਕਤ ਨਾ ਹੋਵੇ ਚੰਗਾ ਮਾਹੌਲ ਹੋਵੇ ਪੇਰੈਂਟਸ ਵੀ ਬਹੁਤ ਕਨਸਰਨਡ ਹੁੰਦੇ ਨੇ ਇਹਨਾਂ ਸਵਾਲਾਂ ਨੂੰ ਲੈ ਕੇ ਸੋ ਅੱਜ ਇਸੇ ਦੇ ਉੱਪਰ ਕਈ ਖਾਸ ਗੱਲਾਂ ਔਰ ਕਈ ਵਧੀਆ ਇਨਫੋਰਮੇਸ਼ਨ ਤੁਹਾਡਾਂ ਨਾਲ ਸਾਂਝੀ ਕਰਾਂਗੇ ਤਾਂ ਕਿ ਤੁਸੀਂ ਅਗਰ ਕੈਨੇਡਾ ਸਟੱਡੀ ਵੀਜ਼ਾ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਆਪਣਾ ਮਾਈ ਵੱਲੇ ਗਿਆ ਬਦਨਾ ਤਾਂ ਕਿ ਤੁਹਾਨੂੰ ਅੱਗੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਅੜਚਣ ਨਾ ਆਵੇ ਔਰ ਬੜਾ ਸਮੂਥਲੀ ਤੁਸੀਂ ਅੱਗੋਂ ਦਾ ਆਪਣਾ ਸਾਰਾ ਪੜਾਈ ਵੀ ਕਰੋ ਔਰ ਕੰਮ ਵੀ ਕਰ ਸਕੋ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਕੈਨੇਡਾ ਸਟਡੀ ਵੀਜ਼ਾ ਨੂੰ ਲੈ ਕੇ ਸਪੈਸ਼ਲੀ ਪ੍ਰੋਵਿੰਸ ਦੇ ਉੱਪਰ ਸਹੀ ਇਨਫੋਰਮੇਸ਼ਨ ਤੁਹਾਡ ਨਾਲ ਸਾਂਝੀ ਕਰਨਗੇ ਲੈਂਡਮਾਰਕ ਇਮੀਗ੍ਰੇਸ਼ਨਸ ਦੇ ਕੈਨੇਡਾ ਹੈਡ ਨਵਦੀਪ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਸੋ ਨਵਦੀਪ ਜੀ ਜੋ ਅੱਜ ਮੈਂ ਸਵਾਲ ਤੁਹਾਡੇ ਤੋਂ ਪੁੱਛਣ ਜਾ ਰਹੀ ਆ ਤੁਹਾਡੇ ਕੋਲ ਵੀ ਪੇਰੈਂਟਸ ਜਾਂ ਸਟੂਡੈਂਟਸ ਦੇ ਸਵਾਲ ਲੈ ਕੇ ਜ਼ਰੂਰ ਆਂਦੇ ਹੋਣਗੇ ਮੈਂ ਪਹਿਲਾਂ ਤਾਂ ਇਹ ਗੱਲ ਕਰਨਾ ਚਾਹੂੰਗੀ ਅਗਰ ਆਪਾਂ ਜਦੋਂ ਪ੍ਰੋਵਿੰਸ ਦੀ ਗੱਲ ਕਰਦੇ ਆ ਡਿਮਾਂਡ ਦੇ ਵਿੱਚ ਕਿਹੜਾ ਪ੍ਰੋਵਿੰਸ ਹੈ ਔਰ ਐਕਚੁਅਲ ਵਿੱਚ ਸਟੂਡੈਂਟ ਨੂੰ ਕਿੱਥੇ ਜਾਣਾ ਚਾਹੀਦਾ ਹੈ ਜਿੱਥੇ ਸੀਟਸ ਹਲੇ ਵੀ ਅਵੇਲੇਬਲ ਨੇ ਕੰਮ ਕਰਨ ਦਾ ਵੀ ਵਧੀਆ ਮਾਹੌਲ ਹੈ ਵੇਜ ਰੇਟ ਵੀ ਜਿੱਥੇ ਸਟੂਡੈਂਟ ਨੂੰ ਵਧੀਆ ਮਿਲ ਰਿਹਾ ਹੋਵੇ ਸੋ ਜ਼ਰੂਰ ਦੱਸੋ ਡਿਮਾਂਡ ਔਰ ਐਕਚੁਅਲ ਵਿੱਚ ਸਟੂਡੈਂਟ ਅ ਇਸ ਟਾਈਮ ਜਿਹੜਾ ਮੋਸਟ ਡਿਮਾਂਡਿੰਗ ਪ੍ਰੋਵਿੰਸ ਦੀ ਗੱਲ ਕਰੀਏ ਤੇ ਉਹ ਹੈ ਅਲਬਰਟਾ ਅਲਬਰਟਾ ਸਟੂਡੈਂਟ ਬਹੁਤ ਜ਼ਿਆਦਾ ਪ੍ਰਿਫਰ ਕਰ ਰਿਹਾ ਹੈ ਇਹੀ ਇਸ਼ੂ ਹੈ ਕਿ ਅਲਬਰਟਾ ਦੇ ਵਿੱਚ ਇਸ ਟਾਈਮ ਸੀਟਸ ਅਵੇਲੇਬਿਲਟੀ ਨੂੰ ਲੈ ਕੇ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਕਿ ਸਟੂਡੈਂਟਸ ਦੀ ਜਿਹੜੇ ਕਿ ਅਲਬਰਟਾ ਪ੍ਰਿਫਰ ਕਰ ਰਹੇ ਨੇ ਸਪਟੰਬਰ ਇਨਟੈਕ ਦੀ ਸੀਟਸ ਵੀ ਵੇਟਲਿਸਟਡ ਹੋ ਰਹੀਆਂ ਹੈਗੀਆਂ ਕਾਫੀ ਕਾਲਜੇਸ ਹੈ ਉੱਥੇ ਜਿਹੜੇ ਕਿ ਸਪਟੰਬਰ ਇਨਟੈਕ ਦੇ ਲਈ ਵੀ ਵੇਟਲਿਸਟਡ ਹੋ ਚੁੱਕੇ ਨੇ ਐਂਡ ਉਹਨਾਂ ਦੀ ਜਨਵਰੀ ਦੀ ਅਵੇਲੇਬਿਲਟੀ ਹੈ ਬਹੁਤ ਜਲਦੀ ਉਹ ਵੀ ਓਪਨ ਹੋਣ ਵਾਲੀ ਹੈ ਠੀਕ ਹੈ ਸੋ ਇਹਦੇ ਵਿੱਚ ਇਸ ਟਾਈਮ ਜੇ ਮੈਂ ਅਵੇਲੇਬਿਲਟੀ ਦੀ ਗੱਲ ਕਰਾਂ ਸਲੇਟਬ੍ਰਿਜ ਕਾਲਜ ਹੈ ਮੈਡੀਸਨ ਹੈਟ ਕਾਲਜ ਹੈ ਕਿਆਨੋ ਕਾਲਜ ਹੈ ਪੋਟਾਜ ਕਾਲਜ ਹੈ ਥੈਨ ਨਾਕਵਸ ਕਾਲਜ ਹੈ ਜਿਹਦੇ ਵਿੱਚ ਲਿਮਟਿਡ ਆਪਸ਼ਨਸ ਅਵੇਲੇਬਲ ਹੈਗੀਆਂ ਠੀਕ ਹੈ ਇਹ ਸਟੂਡੈਂਟਸ ਨੂੰ ਆਪਸ਼ਨਸ ਮਿਲ ਜਾਣਗੇ ਅਲਬਰਟਾ ਦੇ ਵਿੱਚ ਅਲਬਰਟਾ ਸਟੂਡੈਂਟ ਕਿਉਂ ਪ੍ਰੀਫਰ ਕਰਦਾ ਹੈ ਕਿਉਂਕਿ ਇੱਥੇ ਪੀਆਰ ਜਿਹੜੀ ਹੈ ਸਟੂਡੈਂਟ ਦੀ ਉਹ ਜਲਦੀ ਹੋ ਜਾਂਦੀ ਨੇ ਏਆਈਪੀਪੀ ਦੇ ਅੰਡਰ ਆਉਂਦਾ ਹੈਗਾ ਠੀਕ ਹੈ ਸੋ ਏਆਈਪੀਪੀ ਦੇ ਅੰਡਰ ਕੀ ਸਟੂਡੈਂਟ ਦਾ ਪੀਆਰ ਦੇ ਚਾਂਸਸ ਜਿਹੜੇ ਹੈਗੇ ਆ ਉਹ ਵਧੀਆ ਤੇ ਜਲਦੀ ਸਟੂਡੈਂਟ ਦੇ ਪੀਆਰ ਦੇ ਚਾਂਸ ਬਣਦੇ ਨੇ ਪਲੱਸ ਨਾਲ ਨਾਲ ਇੱਥੇ ਇਹ ਕਿ ਜਿਹੜਾ ਟੈਕਸ ਹੈਗਾ ਐਸ ਕੰਪੇਅਰ ਟੂ ਅਦਰ ਪ੍ਰੋਵਿੰਸ ਦੀ ਗੱਲ ਕਰੀਏ ਤਾਂ ਟੈਕਸ ਜਿਹੜਾ ਉਹ ਘੱਟ ਹੈਗਾ ਸੋ ਐਂਡ ਵੇਜ ਰੇਟ ਦੀ ਵੀ ਗੱਲ ਕਰੀਏ ਤਾਂ ਵੇਜ ਰੇਟ ਵੀ ਇੱਥੇ ਐਸ ਕੰਪੇਅਰ ਟੂ ਅਦਰ ਪ੍ਰੋਵਿੰਸ ਵੇਜ ਰੇਟ ਵੀ ਅੱਛਾ ਮਿਲਦਾ ਹੈਗਾ ਸੋ ਇਸ ਕਰਕੇ ਇਹੀ ਰੀਜਨਸ ਨੇ ਮੇਨ ਰੀਜਨਸ ਨੇ ਜਿਹਦੇ ਕਰਕੇ ਅਲਬਰਟਾ ਸਟੂਡੈਂਟ ਮੋਸਟ ਕੇ ਪ੍ਰਿਫਰ ਕਰਦਾ ਹੈ ਜੀ ਠੀਕ ਹੈ ਬਿਲਕੁਲ ਸੋ ਅਲਬਰਟਾ ਵਿੱਚ ਅਗਰ ਆਪਾਂ ਚੁਆਇਸਿਸ ਦੀ ਗੱਲ ਕਰੀਏ ਕਾਲਜੇਸ ਨੂੰ ਲੈ ਕੇ ਤਾਂ ਕੋਰਸੇਸ ਨੂੰ ਲੈ ਕੇ ਕਿ ਹਰ ਫੀਲਡ ਦੇ ਸਟੂਡੈਂਟ ਲਈ ਇੱਥੇ ਸਹੀ ਕੋਰਸੇਸ ਔਰ ਕਾਲਜੇਸ ਜੋ ਜਿਸ ਤਰ੍ਹਾਂ ਦੇ ਉਹ ਚਾਹੁੰਦੇ ਨੇ ਉਹ ਮਿਲ ਸਕਦੇ ਨੇ ਜੀ ਇੱਥੇ ਜਿਵੇਂ ਪ੍ਰੋਗਰਾਮਸ ਦੀ ਗੱਲ ਕਰਾਂ ਤਾਂ ਬਹੁਤ ਲਿਮਟਿਡ ਆਪਸ਼ਨਸ ਨੇ ਇੱਥੇ ਹਰ ਇੱਕ ਪ੍ਰੋਫਾਈਲ ਵਾਲਾ ਸਟੂਡੈਂਟ ਅਪਲਾਈ ਨਹੀਂ ਕਰ ਸਕਦਾ ਲਾਈਕ ਸੋ ਇੱਥੇ ਜਿਵੇਂ 12th ਨਾਨ ਮੈਡੀਕਲ ਬੈਕਗਰਾਉਂਡ ਹੈ ਯਾ ਕਾਮਰਸ ਬੈਕਗਰਾਉਂਡ ਸਟੂਡੈਂਟਸ ਨੇ ਉਹਨਾਂ ਲਈ ਬਹੁਤ ਸਾਰੇ ਆਪਸ਼ਨਸ ਨੇ ਉਹ इजीली ਇੱਥੇ ਅਪਲਾਈ ਕਰ ਸਕਦੇ ਨੇ ਦਿੱਕਤ ਆਉਂਦੀ ਹੈ ਇੱਥੇ ਜਿਹੜੇ ਟੈਕਨੀਕਲ ਬੈਕਗਰਾਉਂਡ ਦੇ ਸਟੂਡੈਂਟਸ ਨੇ ਉਹਨਾਂ ਲਈ ਜਿਹੜੀ ਹੈਗੀ ਆ ਬਹੁਤ ਲਿਮਟਿਡ ਆਪਸ਼ਨਸ ਨੇ लाइक आई टी रिलेटिड हो गया या फिर दूसरे होर फील्ड हो गए सो आई टी वाली ऑप्शनस है इस तु तो अलावा मेडिकल भी बहुत लिमिटड ऑप्शन है क्योंकि रिक्वायरमेंट हाई हैगा फॉर एग्जाम्पल जिमें गल करा क्यानो कॉलेज की प्रैक्टिकल नर्सिंग प्रोग्राम लप्लाई करना स्पीकिंग स्टूडेंट सैवन पॉइंट फाइव बैंड रिक्वायड है, है। hmm. जो कि बहुत हाई स्कोर हैगा प्रैक्टिकल नर्सिंग प्रोग्राम ठीक है सो रिक्वायरमेंट हैगी हाई हैगी सो कॉम्पीटिशन भी वे सो so, ऑप्शनस उस अकॉर्डिंग है कि हर स्टूडेंट इतने अप्लाई नहीं कर सकता जो कॉम्पिटिटिव एप्लीकेशन uh, ने या फिर जो इस बैकग्राउंड तो बिलोंग करते हैं लाइक नॉन मेडिकल है या कॉमर्स कॉमर्स बैकग्राउंड बैकग्राउंडली बहुत ईजीली ऑप्श अवेलेबल है बट कई कॉलेज़स इदा कि जो कॉमर्स के नाल स्टूडेंट को मैथ्स देखा जाता है कि मैथ्स के मार्क्स कंसिडर किए जाते हैं so, सो उही स्टूडेंट्स इतने अप्लाई कर सकते हैं बट हाँ ऑप्शनस है बट बहुत लिमिटेड ऑप्शनस है कि... ਚਲੋ ਠੀਕ ਹੈ ਤਾਂ ਆਪਾਂ ਇਸ ਜਿਹੜੇ ਅਲਬਰਟਾ ਦੀ ਤੁਸੀਂ ਗੱਲ ਕਰ ਰਹੇ ਹੋ ਇਥੇ ਕਿਹੜੇ ਇਨਟੇਕ ਲਈ ਹਲੇ ਹੁਣ ਸਟੂਡੈਂਟ ਅਪਲਾਈ ਕਰ ਸਕਦਾ ਕਿਉਂਕਿ ਜਨੂਅਰੀ ਇਨਟੇਕ ਦੀ ਗੱਲ ਕਰੀਏ ਤਾਂ ਕਿ ਜਨੂਅਰੀ ਇਨਟੇਕ ਲਈ ਵੀ ਇਥੇ ਕਾਲਜੇਜ਼ ਵਿੱਚ ਸੀਟਸ ਮਿਲ ਸਕਣਗੀਆਂ ਜਾਂ ਮਈਆਂ ਸੈਪਟੈਂਬਰ ਤੇ ਹੀ ਫੋਕਸ ਕੀਤਾ ਜਾਏ। ਮਈ ਇਨਟੇਕ ਲਈ ਬਹੁਤ ਲਿਮਟਿਡ ਆਪਸ਼ਨਸ ਨੇ ਸੈਪਟੈਂਬਰ ਇਨਟੇਕ ਹੈ ਅਵੇਲੇਬਲ ਜਿਹੜੇ ਸਟੂਡੈਂਟ ਸੈਪਟੈਂਬਰ ਪਲਾਨ ਕਰ ਰਹੇ ਨੇ ਉਹਨਾਂ ਦੀ ਪ੍ਰੀਫਰੈਂਸ ਹੈ ਅਲਬਰਟਾ ਹੈਗਾ ਸੋ ਸਟੂਡੈਂਟ ਡੈਫੀਨਿਟਲੀ ਇੱਕ ਗੋਲਡਨ ਓਪਰਚ्युनिटी ਹੈ ਮਿਸ ਨਾ ਕਰਨ। ਠੀਕੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਥੋੜੇ ਦਿਨਾਂ ਨੂੰ ਜੇ ਨੈਕਸਟ ਮੰਥ ਆ ਗੱਲ ਕਰੀਏ ਤਾਂ ਸਪਟੰਬਰ ਵੀ ਇਹਨਾਂ ਦਾ ਕੰਪਲੀਟਲੀ ୱੇਟਲਿਸਟਡ ਹੋ ਜਾਏਗਾ ਸੋ ਜੇ ਸਪਟੰਬਰ ਪਲਾਨ ਕਰ ਰਹੇ ਨੇ ਔਰ ਅਲਬਰਟਾ ਹੀ ਜਾਣਾ ਹੈਗਾ ਸੋ ਇਹ ਗੋਲਡਨ ਟਾਈਮ ਪੀਰੀਅਡ ਹੈ ਸਟੂਡੈਂਟ ਡੈਫੀਨਿਟਲੀ ਆਪਣਾ ਆਫਰ ਲੈਟਰਲੀ ਅਪਲਾਈ ਕਰ ਦਨ ਪ੍ਰੋਸੀਡ ਕਰਨ ਚਲੋ ਠੀਕ ਹੈ ਜੀ ਤੇ ਆਫਰ ਲੈਟਰ ਕਿੰਨੇ ਟਾਈਮ ਵਿੱਚ ਆ ਰਹੀ ਹੈ ਇੱਥੇ ਕੁਝ ਕਾਲਜੇਸ ਨੇ ਜਿਹੜੇ ਕਿ ਆਫਰ ਲੈਟਰ 15 ਟੂ 20 ਡੇਸ ਦੇ ਵਿੱਚ ਇਸ਼ੂ ਕਰ ਰਹੇ ਨੇ ਬਟ ਕੁਝ ਕਾਲਜੇਸ ਹੈ ਜਿਨ੍ਹਾਂ ਦਾ ਜਿਹੜਾ ਟਾਈਮ ਪੀਰੀਅਡ ਹੈਗਾ ਹੈ ਟਰਨ ਅਰਾਊਂਡ ਟਾਈ ਸੋ ਸਪਟੰਬਰ ਇਨਟੇਕ ਲਈ ਉਹੀ ਉਹਨਾਂ ਨੂੰ ਆਫਰ ਲੈਟਰ ਨੂੰ ਆਨ ਨੂੰ ਹੀ ਘੱਟੋ ਘੱਟ ਨੈਕਸਟ ইয়ার ਤੱਕ 1 ਜਨਵਰੀ ਜਾਂ ਦਸੰਬਰ ਐਂਡ ਤੱਕ ਇਹ ਸਟੂਡੈਂਟਾਂ ਦੇ ਆਫਰ ਜਿਹੜੇ ਹੈਗੇ ਹੋ ਰিসিভ ਹੋਣਗੇ ਸੋ ਟਾਈਮ ਪੀਰੀਅਡ ਇੰਨਾ ਨਹੀਂ ਹੈਗਾ ਕਿਉਂਕਿ ਅੱਗੇ ਫਾਈਲਿੰਗ ਪ੍ਰੋਸੈਸ ਵੀ ਕਰਨਾ ਹੈ ਜੀਆਈਸੀ ਪੇ ਕਰਨਾ ਹੈ ਮੈਡੀਕਲ ਹੈ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਠੀਕ ਹੈ ਸੋ ਜੇ ਆਪਾਂ ਸਪਟੰਬਰ ਕਰਨਾ ਤਾਂ ਸਮੂਥਲੀ ਪ੍ਰੋਸੈਸ ਕਰ ਸਕਦੇ ਨੇ ਸਟੂਡੈਂਟ ਸਪਟੰਬਰ ਇਨਟੇਕ ਲਈ ਜੀ ਠੀਕ ਹੈ ਜਿਵੇਂ ਆਪਾਂ ਬਾਰ ਬਾਰ ਨਵਦੀਪ ਜੀ ਆਪਾਂ ਪਹਿਲਾਂ ਵੀ ਕੁਝ ਵੀਡੀਓਜ਼ ਵਿੱਚ ਸਪਟੰਬਰ ਇਨਟੇਕ ਦੀ ਗੱਲ ਕਰਦੇ ਆ ਤਾਂ ਸਟੂਡੈਂਟਸ ਦੇ ਮਾਈਂਡ ਵਿੱਚ ਆ ਜਾਂਦਾ ਕਿ ਹਲੇ ਤਾਂ ਬਹੁਤ ਟਾਈਮ ਪਿਆ ਹੈ ਪਰ ਇੱਥੇ ਸਟੂਡੈਂਟਸ ਨੂੰ ਤੁਸੀਂ ਕੀ ਗਾਈਡ ਕਰਨਾ ਚਾਹੋਗੇ ਚਾਹੇ ਕਿ ਸਪਟੰਬਰ ਇਨਟੇਕ ਹਲਾਕੇ ਹਲੇ ਤਾਂ 2024 ਦੀ ਸ਼ੁਰੂਆਤ ਵੀ ਨਹੀਂ ਹੋਈ ਹੈ ਤਾਂ ਉਸ ਤੋਂ ਬਾਅਦ ਸਪਟੰਬਰ ਇਨਟੇਕ ਦੂਰ ਭਾਵੇਂ ਦਿਖ ਰਿਹਾ ਹੈ ਪਰ ਅਪਲਾਈ ਕਦੋਂ ਟਾਈਮਲੀ ਕਰ ਲੈਣਾ ਜ਼ਰੂਰੀ ਹੈ ਤਾਂ ਕਿ ਉਹਨਾਂ ਦਾ ਸਾਰਾ ਪ੍ਰੋਸੈਸ ਕੰਪਲੀਟ ਜੀ ਦੇਖੋ ਇਹ ਡਿਪੈਂਡ ਕਰਦਾ ਸਿੱਟ ਅਵੇਲੇਬਿਲਟੀ ਦੇ ਉੱਪਰ ਆਪਾਂ ਇਹ ਨਾਲ ਲੈ ਕੇ ਚੱਲੀਏ ਕਿ ਹਲੇ 24 ਸਟਾਰਟ ਹੋਣਾ ਹੈ ਐਂਡ ਸਪਟੰਬਰ ਬਹੁਤ ਦੂਰ ਹੈਗਾ ਹੈ ਠੀਕ ਹੈ ਜਿਸ ਤਰ੍ਹਾਂ ਇਸ ਟਾਈਮ ਕੈਨੇਡਾ ਦੇ ਇੰਨੇ ਅੱਛੇ ਰਿਜ਼ਲਟਸ ਆ ਰਹੇ ਨੇ ਉਹ ਦੇਖਦਿਆਂ ਦੇਖੀ ਤਾਂ ਸਟੂਡੈਂਟ ਜਿਹੜਾ ਹੈਗਾ ਅਦਰ ਕੰਟਰੀ ਨੂੰ ਛੱਡ ਕੇ ਮੋਸਟਲੀ ਅਪਲਾਈ ਜਿਹੜਾ ਹੈਗਾ ਕੈਨੇਡਾ ਹੀ ਪ੍ਰਸੀਡ ਕਰਨਾ ਚਾਹੁੰਦਾ ਹੈ ਕਿਉਂਕਿ ਇਹ ਜਿਹੜਾ ਸਕਸੈਸ ਰੇਟ ਹੈ ਪਹਿਲਾਂ ਇੰਨਾ ਵੀਜ਼ਾ ਜਿਹੜੇ ਹੈਗੇ ਅਸੀਂ ਵੀ ਨਹੀਂ ਦੇਖੇ ਹੈਗੇ ਸੋ ਇਸ ਟਾਈਮ ਬਹੁਤ ਅੱਛਾ ਸਕਸੈਸ ਰੇਟ ਆ ਰਿਹਾ ਹੈ ਸੋ ਇਹ ਦੇਖਦੇ ਕੈਨੇਡਾ ਜਿਸ ਟਾਈਮ ਕਾਫੀ ਜ਼ਿਆਦਾ ਰਸ਼ ਆ ਗਿਆ ਸੋ ਰਸ਼ ਹੋਣ ਕਰਕੇ ਹੀ ਜਿਹੜੀ ਸੀਟਸ ਦੀ ਇਹ ਦਿੱਕਤ ਆ ਰਹੀ ਹੈਗੀ ਹੈ ਸੋ ਸਟੂਡੈਂਟ ਇਹ ਬਿਲਕੁਲ ਵੀ ਨਾ ਦੇਖਣ ਕਿ ਸਪਟੰਬਰ ਹਾਲੇ ਨੈਕਸਟ ਈਅਰ ਹੈ ਹੋੜ ਥੋੜੇ ਟਾਈਮ ਤੱਕ ਤਾਂ ਸਟੂਡੈਂਟਸ ਨੂੰ ਜਨਵਰੀ ਦੀ ਵੀ ਅਵੇਲੇਬਿਲਟੀ ਆਣੀ ਸਟਾਰਟ ਹੋ ਜਾਏਗੀ ਜਨਵਰੀ 25 ਲਈ ਜੀ ਸੋ ਸਟੂਡੈਂਟਸ ਜਿਹੜੇ ਹੈਗੇ ਆ ਕਿ ਆਪਣਾ ਜੇ ਪਲਾਨ ਕਰ ਰਹੇ ਨੇ ਤਾਂ ਉਹ ਡਿਫੀਨਿਟਲੀ ਪ੍ਰੋਸੀਡ ਕਰਨ ਆਪਣਾ ਟਾਈਮ ਜਿਹੜਾ ਹੈਗਾ ਉਹ ਜ਼ਿਆਦਾ ਹੋਰ ਡਿਲੇ ਨਾ ਕਰਨ ਸਪਟੰਬਰ ਇਨਟੇਕ ਲਈ ਜੀ ਸੋ ਜਿਵੇਂ ਕਿ ਨਵਦੀਪ ਜੀ ਨੇ ਦੱਸਿਆ ਹੈ ਸਟੂਡੈਂਟਸ ਬਿਲਕੁਲ ਆਪਣੀ ਤਿਆਰੀ ਟਾਈਮਲੀ ਕਰ ਲੈਣ ਤਾਂ ਕਿ ਤੁਸੀਂ ਇਹ ਨਾ ਹੋਵੇ ਇੱਕ ਦੋ ਵਾਰ ਇੱਕ ਦੋ ਵਾਰ ਇੱਕ ਸਾਰੀ ਇਨਟੇਕ ਤੁਹਾਡੇ ਹੱਥੋਂ ਨਿਕਲ ਜਾਣ ਤੇ ਤੁਸੀਂ 2025 ਵਾਲ ਤੁਹਾਨੂੰ ਵੇਖਣਾ ਚ ਪਵੇ ਸੋ ਹਲੇ ਪਾਵੇਂ ਜਿਵੇਂ ਕਿ ਮੈਂ ਗੱਲ ਪਹਿਲਾਂ ਕੀਤੀ ਹੈ 2024 ਦੀ ਸ਼ੁਰੂਆਤ ਵੀ ਨਹੀਂ ਹੋਈ ਆ ਪਰ ਇਨਟੇਕਸ ਜੋ ਹੈ ਲਗਾਤਾਰ ਫੁੱਲ ਹੋਣੇ ਸ਼ੁਰੂ ਹੋ ਚੁੱਕੇ ਨੇ ਸੋ ਟਾਈਮਲੀ ਸਹੀ ਡਿਸੀਜਨ ਲਓ ਅਗਰ ਡਿਸੀਜਨ ਲੈਣ ਦੇ ਵਿੱਚ ਕਿਤੇ ਕੋਈ ਕਨਫਿਊਜ਼ਨ ਲੱਗ ਰਹੀ ਹੈ ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਆ ਲੈਂਡਮਾਰਕ ਇਮੀਗ੍ਰੇਸ਼ਨ ਦਾ ਇਸ ਉੱਪਰ ਕਾਲ ਕਰਕੇ ਸਹੀ ਜਾਣਕਾਰੀ ਲਓ ਰਾਈਟ ਗਾਈਡੈਂਸ ਲਓ ਆਪਣੀ ਪ੍ਰੋਫਾਈਲ ਦੇ ਅਕੋਰਡਿੰਗਲੀ ਕਿਹੜੀਆਂ ਆਪਸ਼ਨਸ ਹੈ ਉਹਨਾਂ ਨੂੰ ਸਮਝੋ ਆਪਣੇ ਡਾਕੂਮੈਂਟਸ ਦੀ ਅਸੈਸਮੈਂਟ ਕਰਵਾਉਣ ਲਈ ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਤਾਂ ਕਿ ਰਾਈਟ ਆਪਸ਼ਨਸ ਤੁਹਾਨੂੰ ਟਾਈਮਲੀ ਪਤਾ ਚੱਲ ਸਕਣ ਬਹੁਤ ਬਹੁਤ ਥੈਂਕਸ ਨਵਦੀਪ ਜੀ ਤੁਸੀਂ ਸਟੂਡੈਂਟਸ ਨੂੰ ਬਹੁਤ ਚੰਗੇ ਢੰਗ ਨਾਲ ਪ੍ਰੋਵਿੰਸ ਨੂੰ ਲੈ ਕੇ ਰਾਈਟ ਇਨਫੋਰਮੇਸ਼ਨ ਉਹਨਾਂ ਨਾਲ ਸ਼ੇਅਰ ਕੀਤੀ ਹੈ ਅਗੋ ਵੀ ਅਸੀਂ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਸਾਡਾ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ